ਆਰਚਰੀ 2015 'ਚ ਸ਼ੁਰੂ ਕੀਤੀ NIS, ਅਤੇ ਉਸ ਤੋਂ ਬਾਅਦ ਮੈਂ ਪੰਜਾਬੀ ਯੂਨੀਵਰਸਿਟੀ 'ਚ 2017 'ਚ ਆਈ ਸੀ। ਆਰਚਰੀ ਮੈਂ NIS 'ਚ ਦੇਖੀ ਸੀਗੀ, ਉੱਥੇ ਮੈਂ ਸ਼ੂਟ ਕਰਦੇ ਹੋਏ ਦੇਖਿਆ ਸੀਗਾ ਬੱਚਿਆਂ ਨੂੰ, ਅਤੇ ਮੈਨੂੰ ਮਤਲਬ ਕੰਪਾਊਂਡ ਬੋਏ ਦੇਖਿਆ ਸੀ ਮੈਂ ਸ਼ੂਟ ਕਰਦੇ ਹੋਏ, ਤਾਂ ਮੈਨੂੰ ਉਦੋਂ ਬਹੁਤ ਸੋਹਣਾ ਲੱਗਿਆ ਸੀ, ਅਤੇ ਜਿਵੇਂ ਚਲਾਉਂਦੇ ਆ ਤਾਂ ਉਹ ਤਰੀਕਾ ਬੜਾ ਇੰਟਰਸਟਿੰਗ ਲੱਗਿਆ ਸੀ, ਤਾਂ ਮੈਂ ਉੱਥੇ ਮੈਂ ਸੋਚਿਆ ਕਿ ਮੈਂ ਆਰਚਰੀ ਟਰਾਈ ਕਰਨੀ ਹੈ, ਅਤੇ ਤਾਂ ਮੈਂ ਉਦੋਂ ਆਰਚਰੀ ਜੁਆਇਨ ਕਰੀ ਸੀ। ਮੈਨੂੰ ਆਰਚਰੀ ਕਰਦੇ ਨੂੰ 8 ਸਾਲ ਹੋ ਗਏ, ਅਤੇ ਉਦੋਂ ਤੋਂ ਮੈਂ ਮਤਲਬ ਲਗਾਤਾਰ ਆਰਚਰੀ ਕਰ ਰਹੀ ਹਾਂ, ਅਤੇ ਪੜ੍ਹਾਈ ਅਤੇ ਗੇਮ ਨੂੰ ਥੋੜ੍ਹਾ ਮੇਨਟੇਨ ਕਰਨਾ ਔਖਾ ਸੀ, ਪਰ ਕਿਸੇ ਤਰੀਕੇ ਨਾਲ ਮੈਂ ਉਹ ਵੀ ਕਰ ਲਿਆ। ਅਤੇ ਉਹ ਤੋਂ ਬਾਅਦ ਚੈਲੰਜਸ ਤਾਂ ਮਤਲਬ ਗੇਮ 'ਚ ਹੀ ਆਏ ਕਿ ਪ੍ਰੈਕਟਿਸ, ਅਤੇ ਮਤਲਬ ਪ੍ਰੈਕਟਿਸ ਜ਼ਿਆਦਾ ਘੰਟੇ ਕਰਨੀ, ਸਕੋਰਿੰਗ ਵਗੈਰਾ ਇੰਪਰੂਵ ਕਰਨਾ, ਵਰਕਆਊਟ ਅਤੇ ਪੜ੍ਹਾਈ ਅਤੇ ਸਾਰੀ ਚੀਜ਼ਾਂ ਨੂੰ ਮੇਨਟੇਨ ਕਰਕੇ ਚੱਲਣਾ, ਉਹ ਥੋੜ੍ਹਾ ਔਖਾ ਰਿਹਾ, ਪਰ ਫਿਰ ਵੀ ਲੈ ਕੇ ਚੱਲ ਰਹੀ ਹਾਂ। ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਹ ਸਾਡੇ ਗਰਾਊਂਡ ਦੀ ਬੱਚੀ ਹੈ। ਇਸ ਤੋਂ ਨਾਲ ਹੀ ਲਗਾਤਾਰ ਪੈਰਿਸ ਦੇ ਵਿੱਚ ਵਰਲਡ ਕੱਪ ਦੇ ਵਿੱਚ ਵੀ ਇਸ ਬੱਚੀ ਨੇ ਗੋਲਡ ਮੈਡਲ ਜਿੱਤ ਕੇ ਸਾਡੇ ਦੇਸ਼ ਦਾ ਝੰਡਾ ਉੱਪਰ ਕੀਤਾ, ਅਤੇ ਜਿਹਦੇ ਲਈ ਸਾਨੂੰ ਬਹੁਤ ਮਾਣ ਹੈ। ਆਰਚਰੀ ਦੇ ਵਿੱਚ 40 ਸਾਲ ਬਾਅਦ ਇਹ ਗੋਲਡ ਮੈਡਲ ਜਿਹੜਾ ਕਿ ਪ੍ਰਾਪਤ ਹੋਇਆ ਸਾਨੂੰ, ਪਹਿਲਾ ਗੋਲਡ ਮੈਡਲ ਜਿਹੜਾ ਕਿ ਇੰਡੀਆ ਨੇ ਜਿੱਤਿਆ ਕੰਪਾਊਂਡ ਵੂਮੈਨ ਟੀਮ ਦੇ ਵਿੱਚ, ਇਹ ਮੈਡਲ ਜਿਹੜਾ ਸਾਨੂੰ ਪ੍ਰਾਪਤ ਹੋਇਆ। ਅਸੀਂ ਇਹ ਮੈਕਸੀਕੋ ਨੂੰ ਹਰਾ ਕੇ ਫਾਈਨਲ ਦੇ ਵਿੱਚ ਅਸੀਂ ਜਿੱਤੇ ਹਾਂ, ਅਤੇ ਸਾਡਾ ਇੱਕੋ ਹੀ ਟੀਚਾ ਸੀ ਕਿ ਅਸੀਂ ਸਿਲਵਰ ਲੈਣਾ ਨਹੀਂ, ਅਸੀਂ ਗੋਲਡ ਲੈਣਾ। ਜੇ ਕਿਤੇ ਇਸ ਗਰਾਊਂਡ ਨੂੰ ਹੋਰ ਵਧੀਆ ਫੈਸਿਲਿਟੀਜ਼ ਮਿਲ ਜਾਣ ਜਿਹੜੀਆਂ ਕਿ ਵਰਲਡ ਕਲਾਸ ਲੈਵਲ 'ਤੇ ਹੁੰਦੀਆਂ ਨੇ, ਜਿਵੇਂ ਕਿ ਬਾਕੀ ਕੰਟਰੀਆਂ ਨੂੰ ਹੈ, ਤਾਂ ਅਸੀਂ ਮੈਂ ਸ਼ੋਰਟੀ ਦਿੰਦਾ ਤੁਹਾਨੂੰ ਕਿ ਅਸੀਂ ਓਲੰਪਿਕ ਦੇ ਵਿੱਚ ਵੀ ਅਸੀਂ ਮੈਡਲ ਕਈ ਜਿੱਤਾਂਗੇ, ਔਰ ਲਗਾਤਾਰ ਅਸੀਂ ਟੌਪ ਲੈਵਲ 'ਤੇ ਇੱਕ ਬਣੇ ਰਹਾਂਗੇ, ਔਰ ਇੰਡੀਆ ਦਾ ਝੰਡਾ ਜਿਹੜਾ ਹਮੇਸ਼ਾ ਵਰਲਡ ਦੇ ਵਿੱਚ ਉੱਚਾ ਰੱਖਾਂਗੇ। ਮੈਂ ਮੇਰੀ ਬੇਟੀ ਨੂੰ 2015 ਤੋਂ ਗੇਮ ਕਰਵਾਉਣ ਲਈ ਮਾਨਸਾ ਜ਼ਿਲ੍ਹੇ ਤੋਂ ਪਟਿਆਲਾ ਸ਼ਿਫਟ ਕੀਤਾ। ਇਹਨੂੰ ਸ਼ੁਰੂ ਦੇ ਵਿੱਚ ਮੈਂ 2-3 ਗੇਮਸ ਦਿਖਾਈਆਂ, ਕਿਉਂਕਿ ਮੈਨੂੰ ਖੁਦ ਦਾ ਆਪਣਾ ਸ਼ੌਕ ਸੀ, ਮੈਂ TV 'ਤੇ ਓਲੰਪਿਕ ਏਸ਼ੀਅਨ ਗੇਮਸ ਦੇ ਸਾਰੇ ਮੈਚ ਦੇਖਦਾ ਸੀ, ਅਤੇ ਇੰਡੀਵਿਜੁਅਲ ਗੇਮ ਕਰਵਾਉਣੀ ਮੇਰਾ ਮਨ ਸੀ, ਅਤੇ ਬੱਚੇ ਨੂੰ ਮੈਂ ਦੋਨੋਂ ਚਾਂਸ ਦੇਣਾ ਚਾਹੁੰਦਾ ਸੀ, ਸਪੋਰਟਸ ਅਤੇ ਸਟੱਡੀ। ਜਿੱਧਰ ਬੱਚੇ ਦਾ ਇੰਟਰਸਟ ਹੈ ਉਸੇ ਪਾਸੇ ਹੀ ਉਹ ਆਪਦਾ ਟੈਲੈਂਟ ਨਾਲ ਵਧੇ ਫੁੱਲੇ, ਇਹ ਮੇਰੀ ਮਨ ਦੀ ਇੱਛਾ ਸੀ। ਅਤੇ 2015 ਦੇ ਵਿੱਚ ਜਦੋਂ ਮੈਂ ਉਹਨਾਂ ਨੂੰ ਗੇਮ ਦਿਖਾਈ ਬੇਟੀ ਨੂੰ NIS ਪਟਿਆਲਾ, ਫੈਂਸਿੰਗ ਅਤੇ ਆਰਚਰੀ, ਤਾਂ ਇਸ ਨੇ ਪਹਿਲੇ ਅਸੀਂ ਆਰਚਰੀ ਦੇ ਗਰਾਊਂਡ ਦੇ ਵਿੱਚ ਚਲੇ ਗਏ, ਉੱਥੇ ਨੇ ਦੇਖਣ ਸਾਰ ਪਹਿਲੀ ਨਜ਼ਰ ਹੀ ਆਰਚਰੀ ਨੂੰ ਪਸੰਦ ਕੀਤਾ, ਅਤੇ ਉੱਥੋਂ ਲੈ ਕੇ ਅੱਜ ਤੱਕ ਬੇਟੀ ਨੇ 17 ਇੰਟਰਨੈਸ਼ਨਲ ਮੈਡਲ ਅਤੇ 13 ਨੈਸ਼ਨਲ ਮੈਡਲ ਪ੍ਰਾਪਤ ਕਰ ਚੁੱਕੀ ਹੈ, ਅਤੇ 2 ਵਿਸ਼ਵ ਰਿਕਾਰਡ ਕੈਡਟ ਦਾ ਅਤੇ ਇੱਕ ਭਾਰਤੀ ਟੀਮ ਦੇ ਵਿੱਚ ਬਣਾ ਚੁੱਕੀ। ਅਸੀਂ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ ਬੱਚੀ ਦਾ, ਉਹਨੂੰ ਸਾਰੀਆਂ ਔਰਗੈਨਿਕ ਚੀਜ਼ਾਂ ਦਿੰਦੇ ਹਾਂ ਸੁਬਾਹ, ਜਿਹੜਾ ਵੀ ਉਹਨੇ ਕੁਛ ਖਾਣਾ ਹੁੰਦਾ, ਸ਼ਾਮ ਨੂੰ ਅਸੀਂ ਪਹਿਲਾਂ ਪਲੈਨਿੰਗ ਕਰਦੇ ਹਾਂ ਸੁਬਾਹ ਬੇਟੀ ਨੇ ਕੀ ਖਾਣਾ, ਕਿਉਂਕਿ ਖਾਣ ਦਾ ਦੇਖੋ ਬੱਚੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਗੇਮ ਦੇ ਵਿੱਚ, ਜਿਹੜਾ ਵੀ ਉਹਨੇ ਖਾਣਾ ਪੀਣਾ ਸਾਰਾ ਕੁਛ ਅਸੀਂ ਪਹਿਲਾਂ ਹੀ ਪਲੈਨਿੰਗ ਕਰਕੇ ਬੱਚੇ ਨੂੰ ਦਿੰਦੇ ਹਾਂ ਸਾਰਾ।
ਮੇਰਾ ਫਿਊਚਰ ਗੋਲ ਮਤਲਬ ਹੁਣ ਅੱਗੇ ਆ ਰਹੀਆਂ ਏਸ਼ੀਅਨ ਗੇਮਸ, ਮੈਂ ਉਹਨਾਂ 'ਚ ਆਪਣਾ ਬੈਸਟ ਦੇਣਾ ਅਤੇ ਵਧੀਆ ਪਰਫੋਰਮ ਕਰਨਾ। ਮੈਂ ਇਹੀ ਕਹਿਣਾ ਚਾਹੂੰਗੀ ਕਿ ਜਰਨੀ ਤਾਂ ਵੈਸੇ ਕਿਸੇ ਦੇ ਲਈ ਵੀ ਈਜ਼ੀ ਨਹੀਂ ਹੁੰਦੀ, ਪਰ ਹਰ ਕਿਸੇ ਦੀ ਆਪਣੀ ਆਪਣੀ ਸਟਰਗਲਸ ਹੁੰਦੀਆਂ ਅਤੇ ਉਹ ਕਿਸੇ ਨਾ ਕਿਸੇ ਰੂਪ 'ਚ ਮਿਲਦੀਆਂ, ਪਰ ਉਹਨਾਂ ਤੋਂ ਉੱਪਰ ਕਿਵੇਂ ਆਉਣਾ ਉਹ ਆਪਣੇ 'ਤੇ ਡਿਪੈਂਡ ਕਰਦਾ। ਅਤੇ ਮਤਲਬ ਬਾਹਰ ਜਾ ਕੇ ਖੇਡਣਾ ਅਤੇ ਜਿੱਤਣਾ ਬਹੁਤ ਹੀ ਮਤਲਬ ਐਕਸਾਈਟਿੰਗ ਹੈਗਾ, ਅਤੇ ਮਤਲਬ ਤੁਸੀਂ ਵੀ ਆਪਣੀ ਪੂਰੇ ਜ਼ੋਰ ਲਾਓ ਕਿ ਤੁਸੀਂ ਵੀ ਉੱਥੇ ਜਾ ਕੇ ਮੈਡਲ ਜਿੱਤੋ ਅਤੇ ਇੰਟਰਨੈਸ਼ਨਲ ਈਵੈਂਟਸ 'ਚ ਤੁਹਾਡਾ ਵੀ ਨਾਮ ਬਣੇ।